ਜਿਹੜਾ ਹਜ਼ੂਰ ਦੀ ਖਤਮੇ ਨਬੂਵਤ ਤੇ ਬੋਲੇ ਕੰਮ ਕਰੇ, ਹਜ਼ੂਰ ਦੀ ਖਤਮੇ ਨਬੂਵਤ ਤੇ ਉਹ ਕਲਾਮ ਕਰੇ, ਉਹ ਬਜ਼ਾਹਿਰ ਜ਼ਮਾਨਾ ਉਹਦੇ ਖਿਲਾਫ ਹੀ ਕਿਉਂ ਨਾ ਹੋਵੇ, ਉਹ ਕੱਲਾ ਵੀ ਹੋਵੇ ਨਾ, ਉਹਦੀ ਕੰਡ ਤੇ ਹਜ਼ੂਰ ਦਾ ਹੱਥ ਹੁੰਦਾ ਹੈ। ਔਰ ਇਹਦਾ ਤਜਰਬਾ ਸਾਨੂੰ ਬਾਬੇ ਖਾਦਮ ਰਿਜ਼ਵੀ ਦੀ ਜ਼ਿੰਦਗੀ ਤੋਂ ਹੋਇਆ ਹੈ। ਪੂਰੀ ਯਹੂਦੀਅਤ ਮੁਖਾਲਿਫ, ਈਸਾਈ ਮੁਖਾਲਿਫ, ਹਕੂਮਤ ਮੁਖਾਲਿਫ, ਏਜੰਸੀਆਂ ਮੁਖਾਲਿਫ, ਜ਼ੁਲਮ ਦੀ ਇੰਤਿਹਾ, ਔਰ ਅਪਾਹਜ ਬਜ਼ੁਰਗ ਨੂੰ ਜਿਹੜਾ ਉਹਨੇ ਜ਼ੁਲਮ ਸਤਮ ਦਾ ਨਿਸ਼ਾਨਾ ਬਣਾਇਆ, ਪਰ ਜਦੋਂ ਬਾਬਾ ਦੁਨੀਆ ਤੋਂ ਗਿਆ ਹੈ, ਖਤਮੇ ਨਬੂਵਤ ਦਾ ਕੰਮ ਕਰਕੇ ਗਿਆ ਹੈ, ਫਿਰ ਜ਼ਮਾਨੇ ਨੇ ਵੇਖਿਆ ਪੂਰੀ ਦੁਨੀਆ ਦਾ ਸਭ ਤੋਂ ਬੜਾ ਜਨਾਜ਼ਾ ਸਾਡੇ ਬਾਬੇ ਅਮੀਰ ਮੁਜਾਹਿਦੀਨ ਅਲਾਮਾ ਖਾਦਮ ਹੁਸੈਨ ਰਿਜ਼ਵੀ ਦਾ ਹੋਇਆ ਹੈ। ਪੀਰ ਉਹੀ ਹੈ, ਮੌਲਵੀ ਉਹੀ ਹੈ, ਹਾਫਿਜ਼ ਤੇ ਕਾਰੀ ਤੇ ਆਲਮ ਉਹੀ ਹੈ, ਐਮਐਨਏ ਤੇ ਐਮਪੀਏ ਉਹੀ ਹੈ, ਚੌਧਰੀ ਤੇ ਮਲਕ ਤੇ ਖਾਨ ਉਹੀ ਹੈ। ਜਦੋਂ ਹਜ਼ੂਰ ਦੀ ਖਤਮੇ ਨਬੂਵਤ ਦਾ ਮਾਮਲਾ ਆਵੇ, ਉਹਦਾ ਖੂਨ ਜੋਸ਼ ਚ ਆਵੇ, ਉਹਦੇ ਰੰਗ ਤੇ ਖੜੇ ਹੋ ਜਾਣ, ਉਹਦਾ ਲੂਲੂ ਖੜਾ ਹੋ ਜਾਏ, ਉਹਦਾ ਖੂਨ ਜੋਸ਼ ਮਾਰੇ ਕਿ ਮੈਂ ਸਭ ਕੁਝ ਬਰਦਾਸ਼ਤ ਕਰ ਸਕਦਾ, ਪਰ ਖਤਮੇ ਨਬੂਵਤ ਤੇ ਕੋਈ ਸਮਝੌਤਾ ਕਰ ਸਕਦਾ ਨਹੀਂ। ਔਰ ਜਿਸ ਬੰਦੇ ਦਾ ਹਜ਼ੂਰ ਦੀ ਇੱਜ਼ਤ ਦਾ ਨਮੂਸ ਤੇ, ਸਾਹਬਾ ਵਾਲੇ ਬੈਤ ਦੀ ਇੱਜ਼ਤ ਦਾ ਨਮੂਸ ਤੇ, ਹਜ਼ੂਰ ਦੀ ਖਤਮੇ ਨਬੂਵਤ ਤੇ ਖੂਨ ਜੋਸ਼ ਨਹੀਂ ਮਾਰਦਾ, ਉਹਦੇ ਵਜੂਦ ਵਿੱਚ ਕੋਈ ਹਿਲਚੁਲ ਪੈਦਾ ਨਹੀਂ ਹੁੰਦੀ, ਉਹਦਾ ਦਿਲ ਧੜਕਦਾ ਨਹੀਂ, ਉਹਦੇ ਅੰਦਰ ਕੋਈ ਜੋਸ਼ ਜਜ਼ਬਾ ਪੈਦਾ ਨਹੀਂ ਹੁੰਦਾ, ਉਹਨੂੰ ਮਰ ਜਾਣਾ ਚਾਹੀਦਾ ਹੈ। ਉਹ ਜ਼ਿੰਦਗੀਆਂ ਮੁਸਤਫਾ ਕਰੀਮ ਦੇ ਨਾਂ ਤੇ ਕੁਰਬਾਨ। ਸਾਡੇ ਇਮਾਮ ਨੇ ਤੇ ਇੱਕੋ ਹੀ ਗੱਲ ਸਮਝਾਈ ਹੈ, ਉਹਨੇ ਜਾਣਾ ਉਹਨੇ ਵਾਣਾ, ਉਹਨੇ ਜਾਣਾ ਉਹਨੇ ਵਾਣਾ, ਉਹਨੇ ਜਾਣਾ ਉਹਨੇ ਵਾਣਾ, ਨਾ ਰੱਖਾ ਗੈਰ ਸੇ ਕਾਮ, ਲਿਲਾਹ ਅਲਹਮਦ ਮੈਂ ਦੁਨੀਆ ਸੇ ਮੁਸਲਮਾਨ। ਜੋ ਹੈ ਜੀ ਸਾਡੇ ਬਾਬਿਆਂ ਤੇ ਐ ਦੱਸਿਆ।